ਮੇਰਾ ਨਾਮ ਜੱਟੀ। ਕੀ ਗੱਲ ਹੋਈ ਸਾਰੀ? ਮੇਰੀ ਲੜਕੀ 15-13 ਸਾਲ ਦੀ ਪਤਾ ਹੀ ਨਹੀਂ ਲੱਗਾ, ਗੁੰਮ ਹੋ ਗਈ। ਅਸੀਂ ਰੋ ਪੇਟ ਗਏ, ਸਾਡੀ ਕੋਈ ਸੁਣਾਈ ਨਹੀਂ ਹੋਈ, ਅਸੀਂ ਕਮਲੇ ਹੋ ਗਏ ਘਰ ਰੋਏ, ਸਾਨੂੰ ਕੋਈ ਕਿੱਥੇ, ਸਾਡੀ ਪੁਲਿਸ ਦੇ ਵਿੱਚ ਸੁਣਾਈ ਨਹੀਂ ਹੋਈ। ਦਰਖਾਸਤ ਦਿੱਤੀ ਤੁਸੀਂ? ਦਰਖਾਸਤ ਦਿੱਤੀ ਹੈ। ਕਿੰਨਾ ਚਿਰ ਹੋ ਗਿਆ ਦਰਖਾਸਤ? 2 ਹਫ਼ਤੇ ਹੋ ਗਏ ਹੁਣੇ। ਤੇ ਕੋਈ ਕਾਰਵਾਈ ਨਹੀਂ ਕਰੀ? ਕੋਈ ਕਾਰਵਾਈ ਨਹੀਂ, ਸਾਨੂੰ ਮੁੜ ਗਏ ਪੁਲਿਸ ਵਾਲੇ, ਕਹਿੰਦੇ ਤੁਸੀਂ ਲੱਭੋ, ਅਸੀਂ ਕਾਲੋ ਤੇ ਥਾਣੇ ਵਿੱਚ ਵੀ ਤੜਪ ਰਹੇ, ਅਸੀਂ ਸਾਨੂੰ ਕਹਿੰਦੇ ਤੁਸੀਂ ਜਾ ਕੇ ਲੱਭ ਲਿਓ। ਕੋਈ ਸ਼ੱਕ ਹੈ ਕਿਸੇ ਤੇ? ਸ਼ੱਕ ਇੱਕ ਬੁੱਢੀ ਦੇ, ਸ਼ੱਕ ਉਹ ਡਿਟੇਲਾਂ ਨਿਕਲੀਆਂ ਉਸ ਬੁੱਢੀ ਨੂੰ ਮੇਰੇ ਸਾਹਮਣੇ ਤੋਂ ਕਿਉਂ ਦੇਣੀ, ਤੇ ਮੈਂ ਕਿਹੜੀ ਤੇਰੀ ਕੁੜੀ ਨਾਲ ਜੀ, ਜਿਹਦੀ ਦੇ ਤੇ ਉਹਨੇ ਗੱਲ ਕੀਤੀ ਹੈ, ਕਹਿੰਦੀ ਮੈਂ ਕਿਹੜੀ ਤੇਰੀ ਕੁੜੀ ਨਾਲ ਦੀ, ਉਹਨੇ ਫਿਰ ਆਖਿਆ, ਮੈਂ ਕਿਹਾ ਤੂੰ ਮੇਰੀ ਕੁੜੀ ਨਾਲ ਦੀ, ਤੇਰੀਆਂ ਡਿਟੇਲਾਂ ਕਿਸ ਤਰ੍ਹਾਂ ਨਿਕਲੀਆਂ? ਮੇਰੇ ਘਰ ਵਾਲਾ ਵੀ ਉੱਥੇ ਮਨ ਲੱਗਾ, ਮੇਰਾ ਭਰਾ ਵੀ ਕੰਧਾਂ ਨਾਲ ਟੱਕਰ, ਭਰਾ ਉਹਦਾ ਵੀਰ ਇਹ ਵੀ ਟੱਕਰ ਮਾਰਦਾ ਕੰਧਾਂ ਨਾਲ, ਕਹਿੰਦਾ ਦੱਸੋ ਮੇਰੀ ਭੈਣ ਕਿੱਥੇ ਹੈ, ਤੇ ਉਹ ਚੁੱਪ ਕਰਕੇ ਕਹਿ ਉਹ ਇੱਕ ਦੂਜੇ ਨੂੰ ਵੇਖੀ ਜਾਂਦੇ। ਮੈਂ ਵੀ ਰੋਇਆ, ਮੇਰੇ ਘਰ ਵਾਲੇ ਨੂੰ ਫਿਰ ਪੁਲਿਸ ਵਾਲੇ ਨੇ, ਮੈਂ ਕਿਹਾ ਪਾਣੀ ਲਿਆ, ਇਹਨੂੰ ਅਟੈਕ ਹੋ ਚੱਲਿਆ, ਮੂੰਹ ਸੁੱਕ ਚੱਲਿਆ, ਫਿਰ ਮੈਨੂੰ ਇਹ ਕਿ ਪਾਣੀ ਦੀ ਮੇਰਾ ਬਲੱਡ ਹਾਈ ਹੋ ਗਿਆ, ਮੈਂ ਜਾ ਕੇ ਫਿਰ ਦਵਾਈ ਲੈ ਗਿਆ ਸੀ ਹਸਪਤਾਲੋਂ, ਫਿਰ ਲਿਆਏ ਜਾ ਕੇ। ਹਾਂਜੀ, ਕੀ ਨਾਮ ਤੁਹਾਡਾ? ਮਰੀਦ ਜੀ ਮੇਰਾ ਨਾਮ। ਅਤੇ ਕੀ ਗੱਲ ਹੋਈ, ਕੁੜੀ ਕਦੋਂ ਦੀ ਘਰੋਂ ਗਈ ਹੋਈ ਹੈ? ਔਰ ਕੀ ਜੀ? 23 ਤਰੀਕ ਦੀ ਘਰੋਂ ਗਈ ਹੈ, ਗੇਟ ਨਿਕਲ ਕੇ ਬਾਹਰ ਗਈ ਹੈ, ਮੁੜ ਕੇ ਕੋਈ ਪਤਾ ਨਹੀਂ ਚੱਲਿਆ ਸਰ, ਕੋਈ ਖਬਰ ਨਹੀਂ ਉਹਦੀ, ਅਸੀਂ ਲੱਭ ਰਹੇ ਹਾਂ, ਕੋਈ ਖਬਰ ਨਹੀਂ, ਮੁੜ ਕੇ ਪੁਲਿਸ ਥਾਣੇ ਦਰਖਾਸਤ ਵੀ ਦਿੱਤੀ ਹੈ, ਫਿਰ ਵੀ ਸਾਡੀ ਕੋਈ ਖਬਰ ਨਹੀਂ ਚੱਲੀ, ਮੁੜ ਕੇ ਅਸੀਂ ਜਿੰਨੇ ਰੋ ਪਿੱਟ ਰਹੇ, ਫਿਰ ਅਸੀਂ ਡਿਟੇਲਾਂ ਵੀ ਕਢਾਈਆਂ, ਦੋ ਬੰਦਿਆਂ ਦੀਆਂ ਡਿਟੇਲਾਂ ਵੀ ਆਈਆਂ, ਉਹਨਾਂ ਨੂੰ ਪੁਲਿਸ ਲਿਆ ਕੇ ਚੌਂਕੀ 'ਤੇ ਬਿਠਾ ਕੇ ਚੁੱਪ ਕਰਕੇ ਉਹ ਚਲੇ ਜਾਂਦੇ ਹੈ, ਉਹਨਾਂ ਨੂੰ ਵੀ ਨਹੀਂ ਪੁੱਛਦੇ ਮੰਗਦੇ, ਸਾਡੀ ਕੋਈ ਕਾਰਵਾਈ ਨਹੀਂ ਚੱਲ ਰਹੀ। ਇਸ ਦੇ ਵਿੱਚ ਇਸ ਤਰ੍ਹਾਂ ਹੀ ਇੱਕ ਜੁਲਫਾ ਨਾਮ ਦੀ ਲੜਕੀ ਗਈ ਹੋਈ ਇੱਥੋਂ, ਉਹਦੇ ਸੰਬੰਧ ਵਿੱਚ ਐਫ ਆਈ ਆਰ ਲਾਓ ਸਾਡੇ ਕੋਲ, ਅਤੇ ਉਹਦੇ ਵਿੱਚ ਕਾਲ ਡਿਟੇਲ ਜਿਹੜੀਆਂ ਅਸੀਂ ਕਢਾਈਆਂ ਨੇ, ਕੁਛ ਪਹਿਲਾਂ ਕਢਾਈਆਂ, ਕੁਛ ਅੱਜ ਅਸੀਂ ਹੋਰ ਨਵੀਆਂ ਲੈ ਕੇ ਆਏ ਹਾਂ। ਉਹਦੇ ਵਿੱਚ ਜਿਹੜੇ ਜਿਹੜੇ ਆਦਮੀ ਸਾਡੇ ਕੋਲ ਸ਼ੱਕੀ ਆਉਂਦੇ ਆਦਮੀ, ਜਿਹੜਾ ਔਰਤਾਂ ਆਉਂਦੀਆਂ ਨੇ, ਉਹਨਾਂ ਨੂੰ ਅਸੀਂ ਬੁਲਾਇਆ ਹੋਇਆ, ਬੁਲਾ ਕੇ ਅਸੀਂ ਉਹਨਾਂ ਦੀ ਪੁੱਛ ਗਿੱਛ ਕੀਤੀ ਹੋਈ ਹੈ ਜੀ। ਅੱਗੇ ਬਾਕੀ ਜਿਹੜੀਆਂ ਕਾਲ ਡਿਟੇਲ ਅਸੀਂ ਕਢਾ ਰਹੇ ਹਾਂ, ਇੱਕ ਇਹਨਾਂ ਦੀ ਨੂੰਹ ਆ ਜਿਹੜੀ ਸ਼ੱਕੀ ਤੌਰ 'ਤੇ ਆ, ਉਹ ਘਰ ਤੋਂ ਬਾਹਰ ਹੋਈ ਉਸ ਦਿਨ ਤੋਂ, ਉਹ ਅੱਜ ਤੱਕ ਜਿਹੜੀ ਸਾਡੇ ਕੋਲ ਸ਼ਾਮਲ ਪੜਤਾਲ ਨਹੀਂ ਹੋ ਰਹੀ। ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਜੀ ਆਪਾਂ ਦੇਖ ਰਹੇ ਹਾਂ, ਜਿਹੜਾ ਆਦਮੀ ਦੋਸ਼ੀ ਹੋਇਆ ਉਹਨੂੰ ਅਰੈਸਟ ਪਾਵਾਂਗੇ ਜੀ, ਅਤੇ ਲੜਕੀ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਸਰ ਕਿੰਨਾ ਸਮਾਂ ਹੈ ਕੁੜੀ ਬੱਚੇ ਨੂੰ? ਇਹ 23-11 ਦਾ ਬਕੂਆ ਜੀ। ਸਰ ਇੰਨੇ ਦਿਨ ਬੀਜਾ ਜਾਂ ਜਾਮ ਤੋਂ ਬਾਵਜੂਦ ਹੀ ਕੋਈ ਬੱਚੇ ਦੀ ਕਾਰਵਾਈ ਜਾਂ ਕਿਸੇ ਦੀ ਗ੍ਰਿਫਤਾਰੀ ਜਾਂ ਕਿਸੇ ਦਾ ਕੋਈ ਨਹੀਂ ਸੁਰਾਖ ਕੋ ਮਿਲਿਆ? ਕਿਉਂਕਿ ਇਸ ਤਰ੍ਹਾਂ ਅਜੇ ਤੱਕ ਸੁਰਾਖ ਨਹੀਂ ਮਿਲਿਆ, ਅਸੀਂ ਜਿਹੜੀ ਕਾਲ ਡਿਟੇਲਾਂ ਨੇ ਉਹਨਾਂ ਨੂੰ ਘੁੰਘਾ ਰਹੇ, ਉਹਨਾਂ 'ਤੇ ਅੱਗੇ ਚੱਲ ਰਹੇ ਹਾਂ, ਕਿਉਂਕਿ ਬਾਈ ਨੇਮ ਨਹੀਂ ਸੀ ਕੋਈ ਅਜੇ ਤੱਕ ਇਹਨਾਂ ਨੇ ਐਫ ਆਈ ਆਰ ਜਿਹੜੀ ਕਿਸੇ ਦੇ ਬਰਖਿਲਾਫ਼ ਜਾਂ ਹੋਵੇ, ਸ਼ੱਕੀ ਤੌਰ 'ਤੇ ਜਿਹੜੇ ਹੈਗੇ ਸੀ ਉਹਨਾਂ ਨੂੰ ਲੱਭ ਰਹੇ ਸੀ। ਅਤੇ ਐਫ ਆਈ ਆਰ ਕਿੰਨੇ ਨਾਮ ਜਮ ਕੀਤੇ ਆ? ਇਹ ਨਹੀਂ, ਬਾਈ ਨੇਮ ਕੋਈ ਕਿਸੇ ਦੇ ਬਰਖਿਲਾਫ਼ ਜਿਹੜੀ ਨਾਮਜ਼ਦ ਨਹੀਂ ਹੋਈ ਸੀ, ਅਨਨੋਨ ਹੈ। ਸਰ ਇਹ ਤਾਂ ਲੱਗਦਾ ਨਹੀਂ ਕਿ ਪੁਲਿਸ ਦੀ ਢਿੱਲੀ ਗੁਜ਼ਾਰੀ? ਨਹੀਂ, ਅਸੀਂ ਜੋ ਵੀ ਹੈਗਾ ਇਹ ਨਾਲ ਦੇ ਨਾਲ ਇਹ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਜਗ੍ਹਾ 'ਤੇ ਰੇਡ ਕਰਨ ਦੀ ਲੋੜ ਉੱਥੇ ਰੇਡ ਕਰ ਰਹੇ ਹਾਂ ਜੀ।